ਹਾਂਜੀ ਬੇਟਾ, ਤੁਹਾਡਾ ਨਾਂ ਕੀ ਆ? ਕੋਮਲਪ੍ਰੀਤ ਕੌਰ। ਅਤੇ ਬੇਟਾ, ਤੁਹਾਨੂੰ ਇੰਜੈਕਸ਼ਨ ਲੱਗਾ ਆ? ਯੈਸ। ਅਤੇ ਤੁਹਾਨੂੰ ਕੀ ਮਹਿਸੂਸ ਹੋਇਆ ਇਹਦੇ ਬਾਰੇ? ਕੋਈ ਪ੍ਰੋਬਲਮ ਵਗੈਰਾ? ਨੋ ਸਰ। ਕੋਈ ਚੱਕਰ ਆਇਆ ਜਾਂ ਤੁਹਾਨੂੰ ਕੋਈ ਬੇਹੋਸ਼ੀ ਹੋਈ ਹੋਵੇ? ਨੋ ਸਰ। ਅਤੇ ਤੁਸੀਂ ਬੱਚਿਆਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਜੀ? ਸਰ, ਮੈਂ ਇਹੀ ਸੁਝਾਅ ਦੇਣਾ ਚਾਹੁੰਦੀ ਕਿ ਸਾਰੇ ਬੱਚਿਆਂ ਨੇ ਇੰਜੈਕਸ਼ਨ ਲਗਵਾਉਣਾ ਚਾਹੀਦਾ। ਅਤੇ ਜਿਹੜੀਆਂ ਤੁਸੀਂ ਅੱਜ ਕੱਲ੍ਹ ਅਫਵਾਹ ਸੁਣਦੇ ਪਏ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਸਰ, ਮੈਂ ਇਹੀ ਕਹਿਣਾ ਚਾਹੁੰਦੀ ਕਿ ਉਹ ਸਭ ਫੇਕ ਵੀਡੀਓਜ਼ ਨੇ। ਹਾਂ, ਇਹਦੇ ਬਾਰੇ ਇਸ ਤਰ੍ਹਾਂ ਕੁਛ ਨਹੀਂ ਹੈਗਾ। ਇੰਜੈਕਸ਼ਨ ਸਭ ਲਈ ਵਧੀਆ। ਵਧੀਆ, ਅਤੇ ਸਾਰੇ ਬੱਚਿਆਂ ਨੂੰ ਆਉਣੇ ਚਾਹੀਦੇ ਆ? ਯੈਸ। ਹੁਣ ਤੁਹਾਡੇ 'ਚ ਕਿਹੜੇ ਬੱਚੇ ਐਗਰੀ ਹੈਗੇ ਲਾਉਣ ਵਾਸਤੇ? ਸਾਰੇ ਬੱਚੇ ਐਗਰੀ ਆ? ਯੈਸ ਸਰ। ਬੱਚਿਆਂ ਦਾ ਰਿਜ਼ਲਟ ਵੇਖ ਲਿਆ ਆ? ਯੈਸ ਸਰ। ਕੋਈ ਤੁਹਾਨੂੰ ਮਹਿਸੂਸ ਹੋਇਆ ਬੱਚਿਆਂ ਨੂੰ ਕੋਈ? ਨੋ ਸਰ। ਜੋ ਤੁਸੀਂ ਨੈੱਟ 'ਤੇ ਸੁਣਦੇ ਹੋ ਸਭ ਜਿਹੜੀਆਂ ਝੂਠੀਆਂ ਕੀ ਆ? ਹਾਂ, ਇਹ ਤੋਂ ਸਾਨੂੰ ਬਚਣਾ ਚਾਹੀਦਾ, ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ। ਐਗਰੀ ਬੱਚੇ ਸਾਰੇ? ਯੈਸ ਸਰ। ਬੇੜਾ, ਤੁਹਾਡਾ ਨਾਂ ਕੀ ਆ? ਹੈਵਨਪ੍ਰੀਤ। ਤੇ ਕਿਹੜੀ ਕਲਾਸ ਵਿੱਚ ਪੜ੍ਹਦੇ ਜੀ? 7th। ਤੇ ਤੁਸੀਂ ਇੰਜੈਕਸ਼ਨ ਤੁਹਾਨੂੰ ਲੱਗਾ, ਤੁਸੀਂ ਲਵਾਇਆ ਇੰਜੈਕਸ਼ਨ? ਸਰ, ਹਾਂਜੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਸਰ, ਜਿੰਨੇ ਵੀ ਲੋਕ ਕਹਿੰਦੇ ਆ, ਮੀਨਸ ਕਿ ਇੰਜੈਕਸ਼ਨ ਨਾਲ ਲੋਕ ਬੱਚੇ ਬੇਹੋਸ਼ ਹੋ ਜਾਂਦੇ ਆ, ਉਹਨਾਂ ਦੀ ਡੈਥ ਹੋ ਜਾਂਦੀ, ਇਹ ਸਭ ਕੁਝ ਝੂਠ ਆ, ਅਸੀਂ ਵੀ ਲਵਾਇਆ, ਸਾਨੂੰ ਕੁਛ ਨਹੀਂ ਹੋਇਆ। ਤੇ ਤੁਸੀਂ ਬੱਚਿਆਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਜੀ? ਕਿ ਸਾਨੂੰ ਸਾਰਿਆਂ ਨੂੰ ਇੰਜੈਕਸ਼ਨ ਲਵਾਉਣੇ ਚਾਹੀਦੇ ਆ, ਇਹ ਸਾਡੇ ਭਲੇ ਵਾਸਤੇ ਹੀ ਆ, ਇਹਨਾਂ ਕੋਈ ਖਤਰਾ ਨਹੀਂ ਹੁੰਦਾ। ਅਤੇ ਜੋ ਤੁਸੀਂ ਨੈੱਟ 'ਤੇ ਸੁਣਦੇ ਪਏ, ਉਹਦੇ ਬਾਰੇ ਕੀ ਵਿਚਾਰ ਤੁਹਾਡਾ? ਇਹ ਸਾਰਾ ਕੁਝ ਮੀਨਸ ਕਿ ਝੂਠ ਆ, ਇਹ ਸਾਰਾ ਕੁਝ ਐਵੇਂ ਲੋਕ ਅਫਵਾਹਾਂ ਫੈਲਾਉਂਦੇ। ਅਤੇ ਬੱਚਿਆਂ ਪੇਰੈਂਟਸ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਜੀ? ਕਿ ਸਾਨੂੰ ਮੀਨਸ ਕਿ ਸਾਰੇ ਪੇਰੈਂਟਸ ਨੂੰ ਚਾਹੀਦਾ ਵਾ ਕਿ ਉਹ ਆਪਣੇ ਆਪਣੇ ਬੱਚਿਆਂ ਨੂੰ ਇੰਜੈਕਸ਼ਨ ਲਵਾ ਦੇਣ, ਕਿਉਂਕਿ ਬਾਅਦ ਵਿੱਚ ਇਹਦਾ ਜੇ ਖਤਰਾ ਵੱਧ ਗਿਆ ਤਾਂ ਬਹੁਤ ਬੱਚੇ ਬਿਮਾਰ ਹੋ ਸਕਦੇ। ਵੈਰੀ ਗੁੱਡ, ਸ਼ਾਬਾਸ਼। ਬੇਟਾ, ਤੁਹਾਡਾ ਨਾਂ ਕੀ ਆ? ਸਿਮਰਨ ਕੌਰ। ਅਤੇ ਕਿਹੜੀ ਕਲਾਸ 'ਚ ਪੜ੍ਹਦੇ ਜੀ? 9th। ਅਤੇ ਤੁਸੀਂ ਇੰਜੈਕਸ਼ਨ ਲਵਾਇਆ? ਹਾਂਜੀ। ਅਤੇ ਤੁਹਾਨੂੰ ਕੋਈ ਪ੍ਰੋਬਲਮ ਆਈ ਆ? ਨੋ ਸਰ। ਅਤੇ ਤੁਸੀਂ ਬੱਚਿਆਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਜੀ? ਮੈਂ ਸਮਝਾਉਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਜਿਹੜਾ ਇੰਜੈਕਸ਼ਨ ਲਗਵਾਉਣਾ ਚਾਹੀਦੀ ਆ, ਉਹਨਾਂ ਵਾਸਤੇ ਭਲੇ ਵਾਸਤੇ ਆ। ਹਾਂਜੀ। ਜਿਹੜੇ ਪੇਰੈਂਟਸ ਸੋਚਦੇ ਆ ਕਿ ਇਹ ਇਹਨਾਂ ਵਾਸਤੇ ਇੰਜੈਕਸ਼ਨ ਲਗਵਾਉਣ ਨਾਲ ਬੱਚਿਆਂ ਦੀ ਡੈਥ ਹੋ ਸਕਦੀ ਆ, ਉਹ ਬੇਹੋਸ਼ ਹੋ ਸਕਦੀ ਆ, ਇਹ ਸਭ ਕੁਝ ਝੂਠ ਹੈਗਾ ਆ। ਹਾਂਜੀ। ਅਤੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ? ਅਸੀਂ, ਮੈਂ ਪੇਰੈਂਟਸ ਨੂੰ ਇਹੋ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇੰਜੈਕਸ਼ਨ ਲਗਵਾਉਣ ਅਤੇ ਬਿਮਾਰੀ ਦਾ ਫਾਇਦਾ ਆਉਣ ਵਾਲੇ ਸਮੇਂ ਵਿੱਚ ਮਤਲਬ ਕਿ ਉਹ ਠੀਕ ਰਹਿਣ। ਠੀਕ ਹੈ। ਹਾਂਜੀ ਬੇਟਾ, ਤੁਹਾਡਾ ਨਾਂ ਕੀ ਆ? ਕੋਮਲਪ੍ਰੀਤ ਕੌਰ। ਅਤੇ ਕਿਹੜੀ ਕਲਾਸ 'ਚ ਪੜ੍ਹਦੇ ਜੀ? 10th। ਅਤੇ ਤੁਹਾਨੂੰ ਪਹਿਲਾਂ ਤੁਸੀਂ ਇੰਜੈਕਸ਼ਨ ਬਾਰੇ ਕੀ ਸੁਣਿਆ ਟੀਕਾ ਲਾਉਣ ਤੋਂ ਪਹਿਲਾਂ? ਸਰ, ਉਹਨਾਂ ਨੇ ਫੇਕ ਵੀਡੀਓ ਬਣਾ ਕੇ ਪਾਈਆਂ ਜਿਹੜੀਆਂ ਮੀਨਸ ਉਹਦੇ ਲਾਭ ਹੀ ਨਾ, ਉਹਨੂੰ ਇੱਕ ਸਾਈਡ 'ਤੇ ਰੱਖਤਾ ਅਤੇ ਉਹਦੀਆਂ ਗਲਤ ਮਤਲਬ ਦੀਆਂ ਵੀਡੀਓ। ਅਤੇ ਤੁਹਾਡੇ ਮਨ 'ਚ ਪਹਿਲਾਂ ਡਰ ਹੈਗਾ ਸੀ? ਨੋ ਸਰ। ਅਤੇ ਤੁਹਾਡੇ ਪੇਰੈਂਟਸ ਦੇ ਮਨ 'ਚ? ਨੋ ਸਰ। ਤੁਸੀਂ ਸ਼ੁਰੂ 'ਚ ਆਉਣ ਹੈਗੇ ਸੀ? ਯੈਸ ਸਰ। ਅਤੇ ਤੁਹਾਨੂੰ ਕੋਈ ਮਹਿਸੂਸ ਹੋਇਆ ਟੀਕਾ ਲਾਉਣ ਤੋਂ ਬਾਅਦ? ਨੋ ਸਰ। ਅਤੇ ਤੁਸੀਂ ਹੁਣ ਬੱਚਿਆਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਜੀ? ਸਰ, ਮੇਰੇ ਮੰਮਾ ਖੁਦ ਆਸ਼ਾ ਵਰਕਰ, ਉਹਨਾਂ ਨੇ ਖੁਦ ਕਿਹਾ ਵੀ ਤੁਸੀਂ ਟੀਕੇ ਲਵਾਓ ਅਤੇ ਆਉਂਦੇ ਡਰ ਡੁਰ ਕੁਛ ਨਾ ਰੱਖਿਓ ਸਰ, ਬੱਚਿਆਂ ਨੂੰ ਵੀ ਬਹੁਤ ਡਰਾਇਆ ਸੀ। ਠੀਕ ਹੈ, ਅਤੇ ਹੁਣ ਇਸ ਤੁਸੀਂ ਇਸ ਸਮੱਸਿਆ ਤੋਂ ਮੁਕਤ ਹੋ ਗਏ ਜੀ? ਯੈਸ ਸਰ। ਅਤੇ ਕੀ ਕਹਿਣਾ ਚਾਹੁੰਦੇ ਜੀ? ਸਰ, ਇੱਕ ਇਹ ਬਲਦ ਦੀ ਬਿਮਾਰੀ ਆ ਅਤੇ ਇਹ ਤੋਂ ਬੱਚਿਆਂ ਨੂੰ ਬਹੁਤ ਸਾਰਾ ਸਰ, ਜਿਹੜੇ ਬੱਚਿਆਂ ਨੇ ਟੀਕੇ ਲਵਾਏ ਉਹਨਾਂ ਦੇ ਮੀਨਸ ਪਸੀਨੇ 'ਚ ਬਿਮਾਰੀ ਨਿਕਲਦੀ ਆ ਅਤੇ ਉਹਨਾਂ ਨੂੰ ਬੁਖਾਰ ਬੁਖੂਰ ਕੁਛ ਨਹੀਂ ਹੁੰਦਾ। ਠੀਕ ਹੈ। ਹੁਣ ਤੁਹਾਡਾ ਸਾਰਿਆਂ ਬੱਚਿਆਂ ਦਾ ਇਹ ਸੁਝਾਅ ਕਿ ਸਾਨੂੰ ਵੱਧ ਤੋਂ ਵੱਧ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਆ। ਬੱਚੇ ਐਗਰੀ ਸਾਰੇ? ਯੈਸ ਸਰ। ਹੁਣ ਕਿਹੜੇ ਕਿਹੜੇ ਐਗਰੀ ਹੈਗੇ ਆ? ਹੁਣ ਜਿਹਨਾਂ ਬੱਚਿਆਂ ਲਵਾਏ ਆ ਹੱਥ ਖੜੇ ਕਰੋ। ਤੁਹਾਨੂੰ ਕੋਈ ਪ੍ਰੋਬਲਮ? ਨੋ ਸਰ। ਕੋਈ ਗਲਤ ਮਹਿਸੂਸ ਹੋਇਆ ਵੇ? ਨੋ ਸਰ। ਤੇ ਤੁਸੀਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ? ਹਾਂ, ਤੇ ਇਸ ਚੀਜ਼ ਦਾ ਸਾਨੂੰ ਤੇ ਬੱਚਿਆਂ ਦੇ ਪੇਰੈਂਟਸ ਕੀ ਮੈਸੇਜ ਦੇਣਾ ਚਾਹੁੰਦੇ ਜੀ? ਹਾਂ, ਤੇ ਝੂਠੀਆਂ ਅਫਵਾਹਾਂ ਤੋਂ। ਹਾਂ, ਵੈਰੀ ਗੁੱਡ।